ਇਹਨਾਂ ਦੋਵਾਂ ਭਰਾਵਾਂ ਨੇ ਰਲ ਕੇ ਮੇਰੇ ਨਾਲ ਰੇਪ ਕੀਤਾ। ਮੇਰੀ ਮਾਂ ਇਹਨਾਂ ਦੇ ਨਾਲ ਰਲੀ ਹੋਈ ਸੀ। ਗੱਲ ਇਹ ਹੋਈ ਹੈ ਕਿ ਮੇਰੀ ਮਾਂ ਦੋ ਮੁੰਡਿਆਂ ਨਾਲ ਰਲੀ ਹੋਈ ਹੈ, ਉਹ ਮੁੰਡਿਆਂ ਦੀ ਮਾਂ ਵੀ ਇਹਨਾਂ ਨਾਲ ਰਲੀ ਹੋਈ ਹੈ। ਇਹਨਾਂ ਚਾਰਾਂ ਨੇ ਮਿਲ ਕੇ ਮੇਰਾ ਰੇਪ ਕੀਤਾ, ਉਹ ਵੀ ਇੱਕ ਵਾਰ ਨਹੀਂ ਦੋ ਵਾਰ। ਮੇਰੇ ਪਾਪਾ ਨੂੰ ਹੁਣ ਪਤਾ ਲੱਗੀ ਹੈ 15 ਦਿਨ ਤੋਂ, ਪਹਿਲਾਂ ਕੁਛ ਨਹੀਂ ਸੀ ਪਤਾ, ਮੇਰੀ ਮੰਮੀ ਨੇ ਦੱਸਣ ਨਹੀਂ ਸੀ ਦਿੱਤਾ। ਇੱਕ ਔਰਤ ਜਿਸਨੇ ਮਾਂ ਦੇ ਰਿਸ਼ਤੇ ਨੂੰ ਤਾਰ ਤਾਰ ਕਰ ਦਿੱਤਾ, ਕਿਉਂਕਿ ਇਹ ਆਪਣੀ ਧੀ ਤੋਂ ਜੋ ਕੰਮ ਕਰਵਾ ਰਹੀ ਸੀ ਉਸ ਨੂੰ ਸੁਣ ਕੇ ਸ਼ਾਇਦ ਤੁਸੀਂ ਵੀ ਹੈਰਾਨ ਰਹਿ ਜਾਓਗੇ। 16 ਸਾਲ ਦੀ ਕੁੜੀ ਜੋ ਕਿ 9ਵੀਂ ਕਲਾਸ ਦੇ ਵਿੱਚ ਪੜ੍ਹਦੀ ਹੈ, ਤਾਂ ਉਸਨੇ ਆਪਣੀ ਮਾਂ ਤੇ ਇਲਜ਼ਾਮ ਲਗਾਏ ਨੇ ਕਿ ਉਹ ਉਸ ਤੋਂ ਗਲਤ ਕੰਮ ਕਰਵਾਉਂਦੀ ਹੈ। ਇਸ ਸੰਬੰਧੀ ਉਸਨੇ ਦੱਸਿਆ ਕਿ ਉਸਦੀ ਮਾਂ ਉਸਨੂੰ ਹੋਟਲ ਦੇ ਕਮਰੇ ਦੇ ਵਿੱਚ ਲੈ ਕੇ ਗਈ, ਜਿੱਥੇ ਦੋ ਮੁੰਡਿਆਂ ਨੇ ਮਿਲ ਕੇ ਮੇਰੀ ਮਾਂ ਦੀ ਮੌਜੂਦਗੀ ਦੇ ਵਿੱਚ ਮੇਰਾ ਰੇਪ ਕੀਤਾ। ਦੱਸਦੀ ਹੈ ਕਿ ਕੁੜੀ ਆਪਣੀ ਮਾਂ ਦੇ ਨਾਲ ਨਾਨੀ ਘਰ ਰਹਿੰਦੀ ਹੈ, ਜਿਸ ਕਰਕੇ ਇਸਨੇ ਦੱਸਿਆ ਕਿ ਮੇਰੀ ਮਾਂ ਇਸ ਬਾਰੇ ਪਿਤਾ ਨੂੰ ਦੱਸਣ ਤੋਂ ਵੀ ਰੋਕਦੀ ਸੀ, ਤਾਂ ਹੁਣ ਜਦੋਂ ਉਹ ਆਪਣੇ ਪਿਤਾ ਦੇ ਘਰ ਆਈ ਤਾਂ ਉਸਨੇ ਸਾਰਾ ਸੱਚ ਦੱਸ ਦਿੱਤਾ ਕਿ ਮੇਰੀ ਮਾਂ ਜ਼ਬਰਦਸਤੀ ਮੇਰੇ ਤੋਂ ਗਲਤ ਕੰਮ ਕਰਵਾਉਂਦੀ ਹੈ। ਜਿਸ ਤੇ ਮਾਮਲਾ ਪੁਲਿਸ ਦੇ ਕੋਲ ਪਹੁੰਚਿਆ ਤੇ ਪੁਲਿਸ ਨੇ ਦੋਨਾਂ ਧਿਰਾਂ ਨੂੰ ਬੁਲਾਇਆ ਤੇ ਕਿਹਾ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ। ਤਾਂ ਇਸ ਸੰਬੰਧੀ ਕੁੜੀ ਦੀ ਮਾਂ ਨੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਤੇ ਕਿਹਾ ਕਿ ਉਸ ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ। ਕੁੜੀ ਆਪਣੇ ਪਿਤਾ ਅਤੇ ਦਾਦੀ ਦੇ ਦਬਾਅ ਹੇਠ ਮੇਰੇ ਤੇ ਇਲਜ਼ਾਮ ਲਗਾ ਰਹੀ ਹੈ। ਇਸ ਸੰਬੰਧੀ ਕੁੜੀ ਨੇ ਇਹ ਵੀ ਕਿਹਾ ਕਿ ਮੇਰਾ ਚਾਹੇ ਮੈਡੀਕਲ ਕਰਵਾ ਲਓ, ਤੇ ਨਾਲ ਹੀ ਉਸਨੇ ਆਪਣੀ ਮਾਂ ਸਮੇਤ ਦੋਨਾਂ ਮੁੰਡਿਆਂ ਖਿਲਾਫ ਹੁਣ ਕਾਰਵਾਈ ਦੀ ਮੰਗ ਕੀਤੀ ਹੈ। ਦੱਸਦੀ ਹੈ ਕਿ ਇਹ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇਹ ਪੀੜਿਤ ਕੁੜੀ ਰੋ ਰੋ ਕੇ ਇਨਸਾਫ ਦੀ ਮੰਗ ਕਰ ਰਹੀ ਹੈ। ਮੈਂ ਸਰ ਇਨਸਾਫ ਚਾਹੁੰਦੀ ਹਾਂ, ਮੈਨੂੰ ਇਨਸਾਫ ਮਿਲੇ ਤਾਂ ਪੁਲਿਸ ਪ੍ਰੋਪਰ ਕਾਰਵਾਈ ਕਰੇ ਇਹਨਾਂ ਚਾਰਾਂ ਉੱਤੇ। ਕਾਰਨ ਕੀ, ਇਹਨਾਂ ਦੋਵਾਂ ਭਰਾਵਾਂ ਨੇ ਰਲ ਕੇ ਮੇਰੇ ਨਾਲ ਰੇਪ ਕੀਤਾ, ਮੇਰੀ ਮਾਂ ਇਹਨਾਂ ਦੇ ਨਾਲ ਰਲੀ ਹੋਈ ਸੀ, ਕੁਲਵਿੰਦਰ ਕੌਰ ਵੀ ਇਹਨਾਂ ਦੇ ਨਾਲ ਸ਼ਾਮਿਲ ਹੈ। ਇਹ ਦਰਸ਼ਨ ਐਵੇਂ ਗੋਲਡਨ ਗੇਟ ਦਾ। ਗੱਲ ਇਹ ਹੋਈ ਹੈ ਕਿ ਮੇਰੀ ਮਾਂ ਦੋ ਮੁੰਡਿਆਂ ਨਾਲ ਰਲੀ ਹੋਈ ਹੈ, ਉਹ ਮੁੰਡਿਆਂ ਦੀ ਮਾਂ ਵੀ ਇਹਨਾਂ ਨਾਲ ਰਲੀ ਹੋਈ ਹੈ। ਇਹਨਾਂ ਚਾਰਾਂ ਨੇ ਮਿਲ ਕੇ ਮੇਰਾ ਰੇਪ ਕੀਤਾ, ਉਹ ਵੀ ਇੱਕ ਵਾਰ ਨਹੀਂ ਦੋ ਵਾਰ। ਇਹ ਘੱਟੋ ਘੱਟ ਨਹੀਂ ਤੇ 1 ਮੰਥ ਹੋਈ ਗਿਆ। ਮੈਨੂੰ ਪਹਿਲਾਂ ਪਤਾ ਸੀ, ਮੈਂ ਆਪਣੇ ਘਰ ਦੱਸਣਾ ਸ਼ੁਰੂ ਕੀਤਾ, ਉਦੋਂ ਮੇਰੀ ਨਾਨੀ, ਉਹਨੂੰ ਵੀ ਸਾਰਾ ਕੁਛ ਪਤਾ ਹੈ, ਇਸ ਟਾਈਮ ਤੇ ਭਾਵੇਂ ਜੋ ਮਰਜ਼ੀ ਕਵੇ, ਮੇਰੀ ਨਾਨੀ ਨੇ ਮੈਨੂੰ ਗਲਤ ਪਾ ਦਿੱਤਾ ਕਿ ਇਹ ਉਹ ਮੁੰਡੇ ਨਾਲ ਗਲਤ ਹੈਗੀ ਹੈ, ਤਾਂ ਕਰਕੇ ਮੇਰੀ ਕੁੜੀ ਨੂੰ ਬਦਨਾਮ ਕਰ ਰਹੀ ਹੈ। ਮੇਰੇ ਪਾਪਾ ਨੂੰ ਹੁਣ ਪਤਾ ਲੱਗੀ ਹੈ 15 ਦਿਨ ਤੋਂ, ਪਹਿਲਾਂ ਕੁਛ ਨਹੀਂ ਸੀ ਪਤਾ, ਮੇਰੀ ਮੰਮੀ ਨੇ ਦੱਸਣ ਨਹੀਂ ਸੀ ਦਿੱਤਾ। ਉਹ ਹੈਗੇ ਦਬੁਰਜੀ ਦੇ, ਹਾਂਜੀ ਆਕਾਸ਼ਦੀਪ ਰੰਗ ਪੰਜਾਬ ਦੇ ਵਿੱਚ ਲੱਗਾ, ਲਵ ਪਲੰਬਰ ਦਾ ਕੰਮ ਕਰਦਾ, ਉਹਨਾਂ ਦੀ ਮਾਂ ਹਸਪੀਟਲ 'ਚ ਲੱਗੀ ਹੋਈ ਹੈ। ਨਹੀਂ, ਮੇਰੀ ਮਾਤਾ ਦੇ ਦੁਆਰਾ, ਹਾਂ ਰਲੀ ਹੋਈ ਸੀ ਇਹਨਾਂ ਦੇ ਨਾਲ, ਉਹਨਾਂ ਦੇ ਕਸੂਰ ਹੈ ਕਿ ਉਹ ਵੀ ਨਾਲ ਰਲੇ। ਮੇਰੀ ਲਵਜੀਤ ਦੇ ਮੇਰੀ ਮਾਂ ਦੇ ਨਾਲ ਗਲਤ ਸੰਬੰਧ ਹੈਗੇ ਨੇ, ਬੜੇ ਚਿਰ ਤੋਂ 4 ਸਾਲ ਹੋ ਗਏ ਆ ਇੱਕ ਦੂਜੇ ਨਾਲ ਮੇਲ ਵਰਤ ਕਰਦੇ ਆ, ਇਹਨਾਂ ਦੇ ਗਲਤ ਸੰਬੰਧ ਨੇ। ਹਾਂਜੀ ਪੁਲਿਸ ਵੀ ਕਾਰਵਾਈ ਨਹੀਂ ਕਰਦੀ ਪਈ। ਸਰ ਮੈਂ ਇਨਸਾਫ ਚਾਹੁੰਦੀ ਹਾਂ,
ਜੇ ਕਿਸੇ ਨੂੰ ਇਸ ਗੱਲ ਤੇ ਨਹੀਂ ਯਕੀਨ ਤਾਂ ਮੇਰਾ ਮੈਡੀਕਲ ਵੀ ਕਰਾ ਸਕਦੇ ਹੋ। ਇਹਨਾਂ ਚਾਰਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਮੈਂ ਆਪ ਜੀ ਦੀ ਬਹੁਤ ਧੰਨਵਾਦੀ ਹੋਵਾਂਗੀ। ਕਦੋਂ ਇਹ ਗਲਤ ਕੰਮ ਤੁਹਾਨੂੰ ਕਦੋਂ ਹੋਇਆ? ਜੁਲਾਈ ਮੰਥ ਦੇ ਵਿੱਚ। ਤਿੰਨ ਚਾਰ ਮਹੀਨੇ ਚੱਲੇ? ਹਾਂਜੀ, ਮੈਨੂੰ ਦੱਸਣ ਨਹੀਂ ਦਿੱਤਾ, ਮੈਨੂੰ ਆਪਣੇ ਕੋਲ ਲਿਆ ਗਏ। ਜਦੋਂ ਮੈਂ ਹੁਣ ਇੱਥੇ ਆਪਣੇ ਪਿਓ ਕੋਲ ਆਈ ਹਾਂ ਤਾਂ ਮੈਂ ਦੱਸਿਆ। ਦਰਬਾਰ ਸਾਹਿਬ ਦਾ ਨਾਮ ਲੈ ਕੇ ਕੀ ਮੰਗ ਕਰਦੇ? ਮੈਂ ਇਹੀ ਕਰਦੀ ਹਾਂ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਤੇ ਇਹਦੇ ਉੱਤੇ ਕਾਰਵਾਈ ਸਖਤ ਕੀਤੀ ਜਾਵੇ ਤੇ ਜੇ ਕਿਸੇ ਨੂੰ ਨਹੀਂ ਵੀ ਯਕੀਨ ਤੇ ਮੇਰਾ ਮੈਡੀਕਲ ਕਰਾ ਲਿੱਤਾ ਜਾਵੇ। ਮੈਂ ਕੋਈ ਗਲਤ ਕੰਮ ਨਹੀਂ ਕਰਾ ਰਹੀ, ਠੀਕ ਹੈ ਨਾ? ਮੈਂ ਕੁੜੀ ਨਾਲ ਕੋਈ ਗਲਤ ਕੰਮ ਕਰਾਇਆ ਜੀ। ਮਾਂ ਅੱਜ ਮੇਰੇ ਤੇ ਬਲੇਮ ਲੱਗ ਰਿਹਾ, ਪਰ ਜਦੋਂ ਹੋਇਆ ਉਦੋਂ ਕਿਉਂ ਨਹੀਂ ਦੱਸਿਆ ਕੁੜੀ ਨੇ? ਆਪਣੀ ਮਾਂ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ, ਉਹਦੇ ਵੱਲੋਂ ਕਿਹਾ ਜਾ ਰਿਹਾ, ਦੱਬਿਆ ਜਾ ਰਿਹਾ? ਮੈਂ ਕਿਸੇ ਨੂੰ ਨਹੀਂ ਦੱਬਿਆ, ਠੀਕ ਹੈ? ਇਹਦਾ ਮੇਰੇ ਨਾਲ ਬਹੁਤ ਵਧੀਆ ਰਿਲੇਸ਼ਨ ਸੀ। 2 ਮਹੀਨੇ ਤੋਂ ਮੈਂ ਆਪਣੀ ਮਦਰ ਕੋਲ ਰਹਿ ਰਹੀ ਹਾਂ, ਇਹਦੇ ਪਾਪਾ ਤੇ ਇਹਦੇ ਦਾਦੀ ਨੂੰ ਆਪਣੇ ਦਬਕਾਅ 'ਚ ਲੈ ਕੇ ਸਾਰਾ ਕੁਝ। ਫਿਰ ਆਪਣਾ ਪੱਖ ਰੱਖੋਗੇ ਕਿ ਮਾਂ ਕੀ ਕਰ ਰਹੇ ਹੋ, ਕੀ ਮਤਲਬ ਕੀ? ਮੈਂ ਕਿਸੇ ਨਾਲ ਕੋਈ ਗਲਤ ਕੰਮ ਨਹੀਂ ਜੀ ਕਰਾਇਆ, ਠੀਕ ਹੈ? ਇਹਦੇ ਇਹਦਾ ਫੋਨ ਖੋਲੋ, ਪਾਸਟਿਕ ਨਾਲ ਫੋਟੋਆਂ ਵਾ ਉਹਨਾਂ ਦੇ, ਉਹਨਾਂ ਦੀ ਸਿਸਟਰ ਨਾਲ ਸਾਰੀ ਚੈਟ ਆ, ਮੇਰੇ ਕੋਲ ਪ੍ਰੂਫ ਆ ਸਾਰੇ। ਉਹਨਾਂ ਨੇ ਇਹ ਗੱਲ ਆਖੀ ਹੈ ਜੀ, ਤੁਸੀਂ ਦਰਬਾਰ ਸਾਹਿਬ ਲੈ ਕੇ ਗਏ ਸੀ ਇੱਕ ਹੋਟਲ ਦੇ ਵਿੱਚ ਮਾਫੀ ਮੰਗਣ ਦੇ ਲਈ ਤੇ ਉੱਥੇ? ਨਾ, ਮੈਂ ਮਾਫੀ ਮੰਗਣ ਲਈ ਖੜਿਆ ਨਾ ਭਾਜੀ, ਮੈਨੂੰ ਪਤਾ ਜੇ, ਠੀਕ ਹੈ? ਇਹਦੀ ਚਾਚੀ ਲੈ ਕੇ ਗਏ, ਇਹਦੇ ਚਾਚੀ, ਠੀਕ ਆ, ਉੱਥੇ ਪ੍ਰੂਫ ਇਹਨਾਂ ਨੇ ਮੇਰੇ ਲਾਏ ਆ, ਧੱਕੇ ਨਾਲ ਲਵਾਏ, ਜੋ ਵੀ ਕੁਛ ਵੀ ਆ, ਮੈਨੂੰ ਇਹਨਾਂ ਚੀਜ਼ਾਂ ਦਾ ਕੋਈ ਮਤਲਬ ਨਹੀਂ ਹੈਗਾ। ਨਾ ਮੈਂ ਇਹਨਾਂ ਚੀਜ਼ਾਂ 'ਚ ਕਦੀ ਆਈ ਜੀ ਤੇ ਨਾ ਮੈਨੂੰ ਪਤਾ ਜੀ। ਕਹਿ ਜਾ ਰਹੇ ਕਿ ਹੋਟਲ ਵਿੱਚ ਤੁਹਾਡੇ ਸਬੂਤ ਨੇ, ਆਧਾਰ ਕਾਰਡ ਵਗੈਰਾ ਸਭ ਕੁਝ? ਆਧਾਰ ਕਾਰਡ ਮੇਰਾ ਇਹਨਾਂ ਨੇ ਮੈਨੂੰ ਕਿਹਾ ਸੀਗਾ ਤੇ ਮੈਨੂੰ ਕੀ ਪਤਾ ਇਹਨਾਂ ਕੋਲ ਸੀਗਾ, ਇਹਨਾਂ ਨੇ ਆਪੇ ਲਾ ਲਿਆ ਸੀਗਾ, ਮੈਨੂੰ ਨਹੀਂ ਪਤਾ। ਪਰ ਉਹ ਲੜਕੀ ਕਹਿ ਰਹੀ ਹੈ ਕਿ ਮਾਂ ਮੇਰੀ ਗਲਤੀ ਸੀ, ਉਸ ਤੋਂ ਬਾਅਦ ਮੈਨੂੰ ਕਹਿ ਰਹੀ ਸੀ ਕਿ ਗਲਤ ਕਰ ਰਹੀ ਹਾਂ। ਮੈਂ ਨਹੀਂ ਕਿਸੇ ਨਾਲ ਗਲਤ, ਠੀਕ ਹੈ ਨਾ? ਤੁਸੀਂ ਕੀ ਮੰਗ ਕਰ ਰਹੇ ਹੋ ਜੀ? ਮੈਂ ਮੰਗ ਇਹੀ ਕਰ ਰਹੀ ਕਿ ਸਭ ਨੂੰ ਇਨਸਾਫ ਦਵਾਇਆ ਜਾਵੇ ਤੇ ਆਪਣੀ ਦਰਖਾਸਤ ਵਾਪਸ ਲਈ ਜਾਵੇ। ਪਰ ਜੋ ਲੜਕੀ ਘੜੀ ਜਾਂ ਤੁਹਾਡੇ ਘਰ ਵਾਲਾ ਜਾਂ ਤੁਹਾਡੀ ਸੱਸ ਰੂਮ ਲਗਾ ਰਹੀ ਆ, ਉਹਨੂੰ ਕਿੱਦਾਂ ਵੇਖਣਾ? ਮੈਨੂੰ ਨਹੀਂ ਪਤਾ ਕਿਉਂ ਲਗਾ ਰਹੇ। 2013 ਦੇ ਵਿੱਚ ਮੈਂ ਲੁਧਿਆਣੇ ਆਪਣੀ ਬਦਲੀ ਕਰਾਈ ਸੀ, ਉੱਥੇ ਮੈਂ 2021 ਵਿੱਚ ਰਿਟਾਇਰਮੈਂਟ ਗਈ। ਇਹਦੀ ਇਹ ਮੈਨੂੰ ਇੱਥੇ ਟਿਕਣ ਵੀ ਨਹੀਂ ਸੀ ਦਿੰਦੀ, ਇਹਦੇ ਦੁੱਖ ਹੀ ਮੈਂ ਵਾਪਸ ਨਹੀਂ ਆਈ। ਉਹ ਨਹੀਂ ਟਿਕਣ ਦਿੰਦੀ ਇਹ ਮੇਰੀ ਨੂੰਹ, ਸਾਨੂੰ ਰਹਿਣ ਨਹੀਂ ਸੀ ਦਿੰਦੀ ਕੋਈ ਨਾ ਕੋਈ ਜਾਮ ਲਾ ਛੱਡਦੀ ਸੀ, ਜੇ ਉਹ ਥਾਣੇ ਚੌਂਕੀ ਭੱਜ ਜਾਂਦੀ ਸੀ। ਅਸੀਂ ਸ਼ਰਮ ਦੇ ਮਾਰੇ ਕਿ ਇੱਥੇ ਡਿਊਟੀ ਕੀਤੀ ਹੈ, ਸਾਰੇ ਜਾਣਦੇ ਕਰਕੇ ਅਸੀਂ ਚਲੇ ਗਏ। ਫਿਰ ਮੈਂ ਵਾਪਸ ਨਹੀਂ ਆਈ ਵਾਪਸ ਉੱਥੋਂ, ਅਜੇ ਵੀ ਉੱਥੇ ਰਹਿ ਰਹੀ। ਹੁਣ ਇਹਨਾਂ ਨੇ ਮੈਨੂੰ ਫੋਨ ਕੀਤਾ ਸੀ ਇਹਦੀ ਮੰਮੀ ਨੇ ਕਿ ਆ ਇੱਥੇ ਦੋਨੋਂ ਜੀ ਝਗੜੇ ਹੈਗੇ ਆ, ਅਤੇ ਮੈਂ ਇੱਥੇ ਮੈਂ ਕਿਹਾ ਚਲੋ ਸੁਲਾ ਸਫਾਈ ਕਰਾਓ, ਨਹੀਂ ਥੋੜ੍ਹੀ ਬਹੁਤੀ ਕੋਈ ਲੜਾਈ ਹੋਊਗੀ। ਮੈਨੂੰ ਨਹੀਂ ਸੀ ਪਤਾ ਕਿ ਇਹਨਾਂ ਦੀ ਇੱਥੇ ਇਹੋ ਜਿਹੀਆਂ ਗੱਲਾਂ ਖਿਲ ਰਹੀਆਂ ਕਿ ਬੇਟੀ ਨਾਲ ਨੀਲਮ ਕੁਮਾਰੀ ਦਰਸ਼ਨ ਆ ਉਹਨੂੰ ਰਹਿੰਦੀ ਗੋਲਡਨ ਗੇਟ ਦੇ। ਬੇਟਾ ਮੇਰਾ ਕਰਦਾ ਟਾਵਰਾਂ ਪਾਉਂਦਾ, ਤੇਲ ਪਾਉਂਦਾ ਸੀ ਟਾਵਰਾਂ, ਉਹਨੂੰ ਨਹੀਂ ਸੀ ਪਤਾ। 2 ਸਾਲ ਪਹਿਲਾਂ ਥੋੜ੍ਹੀ ਜਿਹੀ ਗੱਲ ਦਾ ਪਤਾ ਲੱਗਾ ਸੀ। ਗੱਲ ਇਹ ਹੋਈ ਹੈ ਕਿ ਜਦੋਂ ਮੈਨੂੰ ਉਹਨੇ ਬੁਲਾਇਆ ਕਿ ਲੜਾਈ ਹੋਈ ਹੈ, ਤੇ ਮੈਂ ਤੇ ਉਹ ਘਰੇਲੂ ਝਗੜੇ ਕਰਕੇ ਆਈ ਸੀਗੀ, ਘਰੇਲੂ ਝਗੜਾ। ਜਦੋਂ ਮੈਂ ਇੱਥੇ ਪਹੁੰਚੀ, ਮੇਰਾ ਬੇਟਾ ਮੈਨੂੰ ਦੱਸਣ ਲੱਗਾ ਕਿ ਮੰਮੀ ਆਹ ਗੱਲਾਂ ਹੈਗੀਆਂ ਵਾ ਕਿ ਇਹਨੇ ਕੁੜੀ ਨੂੰ ਹੋਟਲ 'ਚ ਖੜਿਆ, ਹੋਟਲ 'ਚ ਖੜ ਕੇ ਆਕਾਸ਼ ਨਾਂ ਦਾ ਮੁੰਡਾ ਉਹਦੇ ਨਾਲ ਗਲਤ ਕੰਮ ਮੰਮੀ ਕਰਾਇਆ। ਪਰ ਮੈਂ ਨਹੀਂ ਮੰਨੀ, ਮੈਂ ਕਿਹਾ ਤੂੰ ਕੀਤਾ ਐਵੇਂ ਕਿਸੇ ਦੇ ਪਿੱਛੇ ਲੱਗਦਾ। ਫਿਰ ਇਹ ਮੈਨੂੰ ਉੱਥੇ ਲੈ ਕੇ ਗਿਆ, ਫਿਰ ਆਪਣੇ ਵੱਡਾ ਬੇਟਾ ਖੜਿਆ ਉੱਥੇ, ਉਹਨਾਂ ਕੋਲ ਪੁੱਛਿਆ, ਉਹਨਾਂ ਇਹਨੂੰ ਕੁੜੀ ਨੂੰ ਜਾਣਦਿਆਂ ਪਛਾਣ ਲਿਆ। ਕਹਿੰਦੇ ਹਾਂ ਇਹ ਕੁੜੀ ਪਹਿਲਾਂ ਵੀ 2 ਵਾਰੀ ਆਪਣੀ ਮਾਂ ਦੇ ਨਾਲ ਅਤੇ ਇੱਕ ਹੋਰ ਕੁੜੀ ਉਹਦੇ ਨਾਲ ਆਈਆਂ, ਰਾਤ ਰਹਿ ਕੇ ਗਏ ਆ। ਫਿਰ ਅਸੀਂ ਕਿਹਾ ਤੁਸੀਂ ਸਾਨੂੰ ਅਸੀਂ ਰਜਿਸਟਰ ਵੇਖ ਸਕਦੇ ਹਾਂ ਤੁਹਾਡਾ? ਸਾਨੂੰ ਨਾਂਹ ਨੁੱਕਰ ਬਹੁਤ ਕੀਤੀ, ਉਹਨਾਂ ਕਿ ਨਹੀਂ ਨਹੀਂ ਇੱਦਾਂ ਨਹੀਂ ਦਿਖਾ ਸਕਦੇ ਸਾਡਾ ਰੋਟੀ ਰੋਜੀ ਦਾ ਸਵਾਲ। ਫਿਰ ਅਸੀਂ ਕਿ ਮੁਲਾਜ਼ਮ ਕੁਤਵਾਲੀ ਦੱਸਿਆ, ਉਹਨਾਂ ਨੇ ਸਾਡੇ ਅੱਗੇ ਬੰਦਾ ਭੇਜਿਆ। ਫਿਰ ਇਹਦੇ ਉੱਥੋਂ ਪ੍ਰੂਫ ਨਿਕਲੇ, ਉੱਥੇ ਸਾਰਾ ਇੱਦਾਂ ਆਧਾਰ ਕਾਰਡ ਨਿਕਲਿਆ, ਲਿਖਿਆ ਸਾਰਾ ਕੁਛ, ਸਾਡਾ ਘਰ ਦਾ ਐਡਰੈਸ ਨਿਕਲਿਆ। ਫਿਰ ਉਸ ਮੁੰਡੇ ਨੇ ਕਿਹਾ ਕਿ ਇਹ ਤਾਂ ਪਹਿਲਾਂ ਬੀਬੀ 3-4 ਵਾਰੀ ਸਾਡੇ ਕੋਲ ਆਈ ਹੋਈ ਹੈ, ਇਹ ਕੁੜੀਆਂ ਵੀ ਨਾਲ ਹੀ ਸੀ, ਰਾਤ ਵੀ ਰਹਿ ਕੇ ਗਈ 2 ਵਾਰੀ। ਫਿਰ ਅਸੀਂ ਪੁੱਛਿਆ ਕਿਉਂ ਇੱਥੇ ਰਾਤ ਰਹੀ? ਕਹਿੰਦੀ ਮੈਂ ਵੈਸੇ ਗਈ ਸੀ ਅਤੇ ਮੈਂ ਮੱਥਾ ਟੇਕਣ ਗਈ ਸੀ, ਬੱਚੇ ਨਾਲ ਸੀ। ਮੈਂ ਕਿਹਾ ਆਏ ਤਾਂ ਬਹੁਤ ਨੇੜਿਓ ਆ, ਆਪਾਂ ਤਾਂ ਕਮਰਾ ਲੈਣ ਦੀ ਲੋੜ ਹੀ ਨਹੀਂ ਪੈਂਦੀ। ਫਿਰ ਇਹ ਮੁੰਡਾ ਬੇਟਾ ਮੇਰਾ ਮੈਨੂੰ ਇਹੀ ਗੱਲ ਕਹਿੰਦਾ ਰਿਹਾ, ਮੰਮੀ ਇਹ ਮੈਂ ਪੁੱਛਣਾ ਚਾਹੁੰਦਾ ਵੀ ਇਹ ਹੋਟਲ 'ਚ ਕਿਉਂ ਕਮਰਾ ਲਿਆ ਨੇ, ਕੀ ਲੋੜ ਸੀ ਹੋਟਲ 'ਚ ਕਮਰਾ ਲੈਣ ਦੀ ਜਦੋਂ ਆਪਣਾ 5-6 ਕਿਲੋਮੀਟਰ ਦੇ ਘਰ ਵਾ। ਫਿਰ ਇਹ ਅੱਗੇ ਸਭ ਬਹੁਤ ਇਹਨੂੰ ਗਾਲਾਂ ਮੁੰਡਾ ਮੇਰੇ ਮੁੰਡੇ ਨੂੰ ਕਰਨ ਲੱਗ ਪਈ। ਇਹਦੀ ਮਾਂ ਵੀ ਕਹਿੰਦੀ ਤੇਰੀ ਮਾਂ ਤੇਰੀ ਭੈਣ ਬਹੁਤ ਗੰਦੀਆਂ ਨਾਲ ਗਾਲਾਂ ਸਾਨੂੰ ਫੋਨ 'ਤੇ ਵੀ ਕੱਢੀਆਂ। ਹਾਂ ਮੈਂ ਸਾਨੂੰ ਜਿਹੜੀ ਗੱਲ ਦਾ ਪਹਿਲਾਂ ਪਤਾ, ਪਹਿਲਾਂ ਇਹ ਸਹੀ ਹੋਟਲ ਦਾ ਪਹਿਲਾਂ ਨਹੀਂ ਸੀ ਪਤਾ ਲੱਗਾ, ਪਹਿਲਾਂ ਇਹ ਨਾ
ਇੱਕ ਮੁੰਡਾ ਅਰਮਾਨ ਨਾਮ ਦਾ ਕੁਛ ਝਬਾਲਦਾ ਸੀਗਾ, ਉਹ ਨਾ ਜਦੋਂ ਮੇਰਾ ਬੇਟਾ ਘਰ ਨਹੀਂ ਸੀ ਇਹ ਆਪਣੀ ਮਾਸੀ ਕੋਲ ਗਿਆ ਸੀ, ਉੱਥੇ ਸੱਟ ਸੁੱਟ ਲੱਗੀ ਸੀ ਮੁੰਡੇ, ਇਹ ਪਤਾ ਲੈਣ ਗਿਆ ਸੀ ਇਹ ਉਹਦਾ ਮਗਰੋਂ ਇਹਨੂੰ ਝਬਾਲਦਾ ਮੁੰਡਾ ਅਰਮਾਨ, ਮੈਨੂੰ ਨਾ ਤੁਹਾਨੂੰ ਪਤਾ ਇਹਨੂੰ ਕੀ ਪਤਾ ਲੱਗਾ ਅਰਮਾਨ ਮੁੰਡਾ ਵਾ ਆਇਆ ਵਾ ਇੱਥੇ ਘਰ, ਜਦੋਂ ਕਿ ਇਹਦੀ ਗੱਲ ਪਹਿਲਾਂ ਜਦੋਂ ਕਿ ਇਹਦੀ ਗੱਲ ਲੱਭਦੀ ਤਾਂ ਮੁੰਡੇ ਨਾਲ ਕੀ ਆਪਣਾ ਅਨੰਦਪੁਰ ਜੀ ਦਾ ਸੀਗਾ ਤੇ ਉਹ ਮੁੰਡਾ ਇਹਨੂੰ ਪਤਾ ਸੀ ਇਹਦੀ ਗੱਲ, ਬਸ ਪਾਪਾ ਸਾਨੂੰ ਵੀ ਪਤਾ ਸੀ ਆ ਰਹੇ ਜੀ ਆ ਗਏ ਜੀ, ਹਾਂਜੀ ਹਾਂਜੀ ਅਸੀਂ ਸਾਫ਼ ਹੀ ਮੰਗੇ ਛੋਟੀ ਜੀ ਬੇਟੀ ਦਾ ਕੰਮ ਹੋਇਆ, ਅਸੀਂ ਆਏ ਹਾਂ ਜੀ ਕੌਂਸਲਰ ਸੈੱਲ, ਕਿਹੜਾ ਮਾਮਲਾ ਲੈ ਕੇ ਮਾਮਲਾ ਸਰ ਮੇਰੀ ਕੁੜੀ ਨਾਲ ਬੜਾ ਵਿਗਾੜ ਹੋਇਆ, ਬਹੁਤ ਧੱਕਾ ਆਇਆ ਮੇਰੀ ਕੁੜੀ ਨੂੰ, ਪਰ ਮੇਰੀ ਕੁੜੀ ਨੇ ਪਹਿਲਾਂ ਮੈਨੂੰ ਕੁਛ ਨਹੀਂ ਦੱਸਿਆ, ਅੱਜ ਤੋਂ 15 ਦਿਨ ਪਹਿਲਾਂ ਮੇਰੀ ਕੁੜੀ ਨੇ ਮੈਨੂੰ ਮੈਂ ਹੌਸਲਾ ਦਿੱਤਾ, ਉਹਨੇ ਸਭ ਕੁਝ ਦੱਸਿਆ ਵੀ ਮੰਮੀ ਮੈਨੂੰ ਵਾਰ ਵਾਰ ਖੜਦੀ ਰਹੀ, 27 ਤਰੀਕ ਨੂੰ ਖੜਿਆ ਮੇਰੀ ਕੁੜੀ ਨੂੰ ਇਹਨੇ, 13 ਤਰੀਕ ਨੂੰ ਫਿਰ ਧੋਕੇ ਨਾਲ ਖੜਾ ਮਾਫ਼ੀ ਮੰਗਵਾਉਣ ਦੇ ਬਹਾਨੇ, ਇਹਨੇ ਮੇਰੀ ਕੁੜੀ ਨੂੰ ਕਿਹਾ ਜੋਗਾਂ ਨਹੀਂ ਚੜਾਈ, ਇਹਨੇ ਇਹ ਮਰਤੀਆਂ ਮਾਵਾਂ ਵੀ ਨਹੀਂ ਕਰਦੀਆਂ ਜਿਹੜਾ ਇਹਨੇ ਸਗੀ ਮਾਂ ਨੇ ਕਰਕੇ ਵਿਖਾ ਤਾ। ਕਿੰਨੇ ਬੱਚੇ ਤੱਕ? ਮੇਰੇ 2 ਬੱਚੇ ਆ ਸਰ, 2 ਗੁੱਡੀਆਂ ਵਾ, ਜਿਹੜੀ ਛੋਟੀ ਗੁੱਡੀ ਆ ਉਹਦੇ ਅਰਮਾਨ ਮੈਨੂੰ ਅਜੇ ਵੀ ਧਮਕਿਆ ਦਿੰਦਾ ਫੋਨ 'ਤੇ, ਤੁਹਾਨੂੰ ਮੇਰੇ ਕੋਲ ਰਿਕਾਰਡਿੰਗ ਵੀ ਹੈਗੀ ਆ ਵੀ ਤੂੰ ਸੱਦ ਮੈਨੂੰ ਕਿੱਦਾਂ ਸਾਦਾ ਥਾਣੇ ਚੌਂਕੀ, ਮੈਂ ਤੇਰੀ ਕੁੜੀਆਂ ਦੇ ਸਾਰੇ ਪਰੂਫ ਵਿਖਾਊਂਗਾ ਅਤੇ ਮੈਂ ਕਹਿੰਦਾ ਸੱਦੇ ਮੈਨੂੰ, ਮੇਰੀ ਘਰ ਵਾਲੀ ਭਾਅ ਜੀ ਗਲਤ ਆ, ਜਿਹੜਾ ਹੈਗਾ ਨਹੀਂ ਲਵਜੀਤ ਇਹ ਹੈਗਾ ਏਜੰਟ ਮੇਰੀ ਘਰ ਦੀ ਦਾ, ਇਹ ਮੇਰੀ ਘਰ ਦੀ ਨੂੰ ਹੋਟਲਾਂ ਸਪਲਾਈ ਕਰਦਾ ਵਾ। ਕਿੰਨਾ ਚਿਰ ਹੋ ਗਿਆ ਤੁਹਾਡੇ ਵਿਆਹ ਨੂੰ? ਮੇਰੇ ਵਿਆਹ ਨੂੰ ਸਰ 17-18 ਸਾਲ ਹੋ ਗਏ। ਕੀ ਕੰਮ ਕਰਦੇ? ਮੈਂ ਸਰ ਮੋਬਾਈਲ ਟਾਵਰਾਂ ਦੇ ਵਿੱਚ ਡੀਜੇ ਫਿਲਿੰਗ ਦਾ ਕੰਮ ਕਰਦਾ। ਤੁਸੀਂ ਘਰ ਨਹੀਂ ਰਹਿੰਦੇ? ਨਹੀਂ ਸਰ, ਪਹਿਲਾਂ ਮੈਂ ਕਪੂਰਥਲੇ ਹਾਂ, ਉਸ ਤੋਂ ਬਾਅਦ ਮੈਂ ਹੁਸ਼ਿਆਰਪੁਰ ਆ ਗਿਆ, ਫਿਰ ਵੀ ਸਰ ਮੈਂ ਘਰ ਵੀ ਰਹਾਂ ਅਤੇ ਮੇਰੀ ਡਿਊਟੀ ਤਾਂ ਬਾਹਰ ਹੀ ਆ। ਤੁਹਾਨੂੰ ਕਿਵੇਂ ਪਤਾ ਲੱਗਾ? ਸਰ ਮੈਨੂੰ ਪਤਾ ਲੱਗਾ 24 ਤਰੀਕ ਦਿਨ ਜਦੋਂ ਮੇਰੇ ਘਰ ਝਗੜਾ ਆਇਆ, ਮੇਰੇ ਘਰ ਅਰਮਾਨ ਆਣ ਕੇ ਝਗੜਾ ਕੀਤਾ ਅਰਮਾਨ ਨੇ ਅਤੇ ਲਵਦੀਪ ਨੇ। ਹੁਣ ਕੀ ਮੰਗ ਕਰਦੇ? ਹਾਂਜੀ ਇਨਸਾਫ਼ ਦੀ ਮੰਗ ਕਰਦੇ ਹਾਂ, ਮੈਨੂੰ ਇਨਸਾਫ਼ ਚਾਹੀਦਾ ਵਾ, ਭਾਵੇਂ ਮੇਰੀ ਜਨਾਨੀ ਆ, ਭਾਵੇਂ ਅਰਮਾਨ ਆ, ਭਾਵੇਂ ਮੇਰੀ ਭਾਬੀ ਦਾ ਵੀ ਨਾਂ ਲੈਂਦੇ ਆ, ਉਹਨੂੰ ਵੀ ਜੇ ਹੈਗੀ ਤੁਹਾਡੀ ਮੇਰੀ ਜਾਂਦੀ ਰਹੀ, ਇੱਕ ਮਾਂ ਤੋਂ ਬਿਨਾਂ ਇੱਕ ਕੁੜੀ ਕਿੱਦਾਂ ਲੜਕੀ ਚੱਲ ਜੂਗੀ ਤੁਸੀਂ ਆਪ ਸਣੇ, ਜੇ ਤਾਂ ਜਾਂਦੀ ਵੀ ਰਹੀ ਆ ਅਤੇ ਇਹਦਾ ਹੱਕ ਬਣਦਾ ਹੁਣ ਡੱਕੇ, ਇਹਦਾ ਇਹ ਹੱਕ ਬਣਦਾ ਵੀ ਉਹਨੂੰ ਨਾਲ ਲੈ ਕੇ ਤੁਰੀ ਫਿਰੇ, ਜੇ ਉਹਨੇ ਕਹਿੰਦੀ ਨਾ ਹੋਟਲ 'ਚ ਮੈਡੀਕਲ ਕਰਵਾਇਆ, ਮੈਡੀਕਲ ਕਰਵਾਉਣਾ ਵਾ, ਇਹ ਤਾਂ ਸਾਨੂੰ ਪਰੂਫ ਹੀ ਨਹੀਂ ਸਰ। ਪਹਿਲੀ ਦਰਖਾਸਤ ਅਸੀਂ ਦਿੱਤੀ ਸੁਲਤਾਨਵੇਂ ਠਾਣੇ 11 ਅਗਸਤ ਨੂੰ, ਇਹਨਾਂ ਨੇ ਇੰਨਾ ਜ਼ੋਰ ਪਾਇਆ, ਮੇਰਾ ਸਾਲਾ ਜਿਹੜਾ ਵਾ ਉਹ DSP ਦਾ ਗਨਮੈਨ ਕਿਸੇ ਦਾ, ਉਹਨੇ ਜ਼ੋਰ ਪਾ ਕੇ ਉੱਥੋਂ ਦਰਖਾਸਤ ਹੀ ਗੁੰਮ ਕਰਾ ਦਿੱਤੀ ਭਾਅ ਜੀ, ਦਰਖਾਸਤ ਹੀ ਨਹੀਂ ਲੱਭੀ ਮੇਰੀ ਭਾਅ ਜੀ, ਮੈਂ ਜਾ ਕੇ PH ਹੋਇਆ, ਉਹ SHO ਕਹਿੰਦਾ ਵੀ ਤੇਰੀ ਦਰਖਾਸਤ ਹੀ ਹੈ ਨਹੀਂ ਇੱਥੇ, ਮੈਂ ਕਿਹਾ ਦਰਖਾਸਤ ਕਿਤੇ, ਕਹਿੰਦੀ ਜਿਹੜੀ ਦਰਖਾਸਤ ਤੂੰ ਦਿੱਤੀ ਆ ਸੁਣਵਾਈ ਸਾਰਾ, ਜੇ ਕੁਝ ਨਹੀਂ ਕਦੀ ਮੁੰਡੇ ਨੂੰ ਕਹਿੰਦੇ ਸੱਦਣਾ ਵਾ, ਕਦੀ ਨਹੀਂ ਸੱਦਣਾ, ਸਾਡੇ ਨਾਲ ਸਰ ਬਹੁਤ ਰਫ ਬੋਲਿਆ ਜਾ ਰਿਹਾ ਵਾ, ਕੱਲ੍ਹ ਪਰਸੋਂ ਨੂੰ ਸੱਦਿਆ ਮੈਨੂੰ ਕਹਿੰਦੇ ਤੇਰੇ ਸਿਰ 'ਚ ਮੋਬਾਈਲ ਮਾਰਾਂਗੇ, ਮੋਬਾਈਲ ਦੇ ਵਿੱਚ ਸਾਰੇ ਪਰੂਫ ਆ, ਵਿਖਾਵਾਂਗੇ ਪਰੂਫ ਤਾਂ ਫੇਰ ਹੀ ਆ। ਮੰਗ ਇਨਸਾਫ਼ ਦੀ ਕਰਦੇ ਹਾਂ, ਇੱਕ ਰਿਕਾਰਡਿੰਗ ਲਈ ਫਿਰਦੇ ਜੋ ਬਹੁਤ ਪੁਰਾਣੀ ਹੈ, ਉਹ ਜਾਣ ਜਾਣ ਕੇ ਇਹਨਾਂ ਨੂੰ ਸੁਣਾਈ ਜਾਂਦੇ ਆ, ਉਹ ਰਿਕਾਰਡਿੰਗ ਦਾ ਕੋਈ ਮਤਲਬ ਨਹੀਂ, 15 ਦਿਨ ਪਹਿਲਾਂ ਮੈਨੂੰ ਪਤਾ ਲੱਗਾ, 3 ਮਹੀਨੇ ਪਹਿਲਾਂ ਦੀ ਰਿਕਾਰਡਿੰਗ ਆ, ਦੱਸੋ ਵੀ ਜਾਂ ਤਾਂ ਤੁਸੀਂ ਆਪ ਜਾਣੇ ਰਿਕਾਰਡਿੰਗ ਚੈੱਕ ਨਹੀਂ ਹੋ ਸਕਦੀ, ਸਭ ਕੁਝ ਚੈੱਕ ਹੋ ਸਕਦਾ, ਆਹ ਜਿਹੜੀਆਂ ਮੇਰੇ ਕੋਲ ਰਿਕਾਰਡਿੰਗਾਂ ਵਾ ਜਿੱਥੇ ਮੇਰੀ ਘਰ ਦੀ ਚਿੱਟੇ ਦਾ ਗੱਲ ਕਰ ਰਹੀ ਆ ਅਰਮਾ ਜਿਹੜਾ ਲਵਜੀਤ ਨਾਲ, ਸਰਆਮ ਕਹਿ ਰਹੀ ਮੈਂ ਚਿੱਟਾ ਤੇਰੇ ਕੋਲ ਲੈ ਕੇ ਵੇਚਦੀ ਹਾਂ, ਤੈਨੂੰ ਮੈਂ ਚਿੱਟੇ ਦੇ ਪੈਸੇ ਦਊਂਗੀ, ਇਹ ਕੀ ਆ ਰਿਕਾਰਡਿੰਗਾਂ ਚੈੱਕ ਨਹੀਂ ਹੋ ਸਕਦੀਆਂ, ਇਹ ਪਤਾ ਨਹੀਂ ਲੱਗਦਾ ਮੇਰੀ ਘਰ ਦੀ ਬੋਲ ਰਹੀ ਹੈ ਕੋਈ ਹੋਰ ਬੋਲ ਰਿਹਾ, ਪਰੂਫ ਹੈਗੇ ਸਰ ਮੇਰੇ ਕੋਲ ਸਾਰੇ ਪਰੂਫ ਹੈਗੇ ਆ, ਮੇਰੇ ਕੋਲ ਕੱਲਾ ਪਰੂਫ, ਮੈਂ ਸਰ ਟੈਲੀਕੋਮ ਮਹਿਕਮੇ ਕੰਮ ਕਰਦਾ ਵਾਂ, ਇਹ ਡਿਲੀਟ ਵੀ ਕਰਾ ਦੇਣਾ ਮੈਂ ਫਿਰ ਕਢਾ ਲੂੰਗਾ। ਸਾਡੇ ਕੋਲ ਦੋਨੇ ਪਾਰਟੀਆਂ ਅੱਜ ਹਾਜ਼ਰ ਹੋਈਆਂ, ਕੰਪਲੇਂਟ ਮਾਰਕ ਹੋਈ ਆ ਸੀਨੀਅਰ ਆਫੀਸਰ ਵੱਲੋਂ, ਉਹਦੀ ਇਨਕੁਆਇਰੀ ਕੀਤੀ ਜਾ ਰਹੀ ਹੈ ਕਿ ਜਿਹੜਾ ਵੀ ਦੋਸ਼ੀ ਹੋਊਗਾ ਉਹਨਾਂ ਦੇ ਬਣਦੀ ਕਾਰਵਾਈ ਅਸੀਂ ਜ਼ਰੂਰ ਕਰਾਂਗੇ। ਕੰਪਲੇਂਟ ਹੈਗੀ ਕੀ ਹੈ ਮੈਮ? ਕੁੜੀ ਨੇ ਐਲੀਗੇਸ਼ਨ ਲਾਏ ਨੇ ਕਿ ਲੜਕੇ ਦੇ ਖਿਲਾਫ਼ ਕਿ ਮੈਨੂੰ ਇੱਦਾਂ ਕੀਤਾ, ਉਹਨਾਂ ਦੀ ਪਤਾ ਨਹੀਂ ਆਪਸ 'ਚ ਪਹਿਲਾਂ ਰਹਿੰਦੇ ਸੀ, ਇਕੱਠੇ ਰਹਿੰਦੇ ਰਹੇ ਨੇ ਸਾਰੇ ਜਣੇ, ਰਿਸ਼ਤੇਦਾਰੀ ਬਣਾਈ ਹੋਈ ਆ, ਪਰ ਲੜਕੀ ਨੇ ਹੁਣ ਐਲੀਗੇਸ਼ਨ ਲਾਇਆ ਕਿ ਲੜਕੇ ਨੇ ਬਣਾਇਆ, ਪਰ ਇਹਦੀ ਇਨਕੁਆਇਰੀ ਕੀਤੀ ਜਾ ਰਹੀ ਹੈ। ਮਾਂ ਦੇ ਉੱਤੇ ਵੀ ਐਲੀਗੇਸ਼ਨ ਲਗਾਉਂਦੀ ਪਈ ਹੈ ਕਿ ਮਾਂ ਨੇ ਮਾਂ ਉਹ ਕਹਿ ਰਹੀ ਹੈ ਕਿ ਮੇਰੀ ਮਾਂ ਮੇਰੇ ਤੋਂ ਧੰਦਾ ਕਰਵਾ ਰਹੀ ਸੀ, ਪਰ ਇਹਦੀ ਇਨਕੁਆਇਰੀ ਤਫਤੀਸ਼ ਚੱਲ ਰਹੀ ਹੈ, ਜੋ ਵੀ ਆਊਗਾ ਤੱਤ ਸਾਹਮਣੇ ਉਹਦੇ ਮੁਤਾਬਕ ਅਸੀਂ ਇਹ ਸੁਲਤਾਨਪੁਰ।
ਦਰਬੁੱਧੀ ਵੱਲ ਦਾ ਹੈ, ਦਰਬੁੱਧੀ ਦਾ। ਅੱਛਾ ਮੈਮ, ਇਹਦੀ ਹੋਟਲ ਵਿੱਚ ਵੀ ਕਿਤੇ ਲੈ ਕੇ ਗਏ ਆ, ਕਹਿੰਦੇ ਮਾਂ ਦੀ ਪਹਿਲੇ ਫਰੈਂਡਸ਼ਿਪ ਸੀ, ਉਸੇ ਨੇ ਲੜਕੀ ਦੇ ਨਾਲ ਵੀ ਕੀਤਾ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ? ਗਲਤ ਕੰਮ ਦੇ ਉਹ ਉਹਨਾਂ ਦੇ ਐਲੀਗੇਸ਼ਨ ਲਾਏ ਨੇ ਕਿ ਇੱਦਾਂ, ਅਤੇ ਪਰ ਅਸੀਂ ਤਬਦੀਲ ਕਰ ਰਹੇ ਸੀ ਹੋਟਲ 'ਚ ਵੀ ਜਾਵਾਂਗੇ ਜਿੱਥੇ ਕਹਿ ਰਹੇ ਨੇ ਕਿ ਮੇਰੀ ਕੁੜੀ ਕਹਿ ਰਹੀ ਹੈ ਕਿ ਮੇਰੇ ਨਾਲ ਗਾ ਇੱਦਾਂ ਲੜਕਾ ਲੈਂਦਾ ਰਹੇ, ਅਸੀਂ ਉੱਥੇ ਇਨਕੁਆਇਰੀ ਕਰਾਂਗੇ। ਮਾਮਲਾ ਦਰਜ ਕਰ ਲਿਆ? ਮਾਮਲਾ ਦਰਜ ਕਰਾਂਗੇ ਜੀ। ਕੁੜੀ ਨੂੰ ਬਾਲਗ ਸੀ ਜਾ ਰਹੀ? ਹਾਂਜੀ, ਮਨ ਹੈ ਮਾਂ। ਇਹਨਾਂ ਦੀ ਅਣਬਣ ਚੱਲਦੀ ਵੀ ਸੀ ਮੀਆਂ ਬੀਬੀ ਦੋਨੋਂ? ਦੋਨਾਂ ਦੀ ਅਣਬਣ ਚੱਲ ਰਹੀ ਹੈ ਜੀ।